ਤੁਹਾਡੇ ਕਰਮਾਂ ਦੇ ਵਿੱਚ ਫਾਹੇ ਲੈਣਾ ਲਿਖਿਆ, ਤੁਹਾਡੇ ਕਰਮਾਂ 'ਚ ਤੁਹਾਡੀਆਂ ਫਸਲਾਂ ਦਾ ਰੁੜਨਾ ਲਿਖਿਆ, ਤੁਹਾਡੇ ਕਰਮਾਂ 'ਚ ਤੁਹਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੀ ਬੇਰੁਜ਼ਗਾਰੀ ਲਿਖੀ ਆ। ਇਸ ਕਿਸਾਨੀ ਸੰਘਰਸ਼ ਨੂੰ ਸ਼ੁਰੂ ਕਰਨ ਵਾਲਾ ਵੀ ਕਿਸਾਨ ਸੀ ਤੇ ਇਸ ਕਿਸਾਨੀ ਸੰਘਰਸ਼ ਨੂੰ ਡੋਬਣ ਵਾਲਾ ਵੀ ਕਿਸਾਨ ਹੋਏਗਾ। ਗੁੱਸਾ ਨਾ ਕਰਿਓ ਪੰਜਾਬੀਓ, ਕਿਸਾਨ ਵੀਰੋ ਸੁਭਾਅ ਬਣ ਗਿਆ ਸਾਡਾ ਜੁੱਤੀਆਂ ਖਾਣ ਦਾ ਤੇ ਜੁੱਤੀ ਦੇ ਥੱਲੇ ਰਹਿਣ ਦਾ, ਇਹ ਸੁਭਾਅ ਲੱਗਦਾ ਨਹੀਂ ਮੈਨੂੰ ਹੁਣ ਜਾਵੇ। ਮੈਨੂੰ ਲੱਗਦਾ ਸੀ ਕਿ ਕਿਸਾਨ ਜਾਗ ਗਿਆ, ਮੈਨੂੰ ਲੱਗਿਆ ਸੀ ਵੀ ਪੰਜਾਬ ਦਾ ਨੌਜਵਾਨ ਜਾਗ ਗਿਆ, ਪਰ ਮੇਰਾ ਭੁਲੇਖਾ ਦੂਰ ਹੋ ਗਿਆ। ਕਿਸਾਨ ਵੀਰੋ ਗੁੱਸਾ ਨਾ ਕਰਿਓ ਜੇ, ਤੁਹਾਡੇ ਕਰਮਾਂ ਦੇ ਵਿੱਚ ਫਾਹੇ ਲੈਣਾ ਲਿਖਿਆ। ਰਾਜਨੀਤਿਕ ਪਾਰਟੀਆਂ ਨੇ ਤੁਹਾਡੇ ਕਰਮ ਬਣਾ ਦਿੱਤੇ ਨੇ, ਤੁਹਾਡੇ ਕਰਮਾਂ 'ਚ ਤੁਹਾਡੀਆਂ ਫਸਲਾਂ ਦਾ ਰੁੜਨਾ ਲਿਖਿਆ, ਤੁਹਾਡੇ ਕਰਮਾਂ 'ਚ ਤੁਹਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੀ ਬੇਰੁਜ਼ਗਾਰੀ ਲਿਖੀ ਆ। ਇਹ ਦੂਰ ਨਹੀਂ ਹੋ ਸਕਦੀ, ਇਹ ਭੁਲੇਖਾ ਦੂਰ ਇਸ ਕਰਕੇ ਹੋਇਆ ਕਿਉਂਕਿ ਜਦੋਂ ਆ ਕਿਸਾਨੀ ਸੰਘਰਸ਼ ਸ਼ੁਰੂ ਹੋਇਆ, ਇਸ ਕਿਸਾਨੀ ਸੰਘਰਸ਼ ਨੂੰ ਸ਼ੁਰੂ ਕਰਨ ਵਾਲਾ ਵੀ ਕਿਸਾਨ ਸੀ ਤੇ ਇਸ ਕਿਸਾਨੀ ਸੰਘਰਸ਼ ਨੂੰ ਡੋਬਣ ਵਾਲਾ ਵੀ ਕਿਸਾਨ ਹੋਏਗਾ, ਕਿਉਂਕਿ ਜਦੋਂ ਸੜਕਾਂ ਤੇ ਆਇਆ ਉਹ ਵੀ ਕਿਸਾਨ ਸੀ ਤੇ ਅੱਜ ਰਾਜਨੀਤਿਕ ਪਾਰਟੀਆਂ ਦੀਆਂ ਭੇਡਾਂ ਬਣਿਆ ਫਿਰਦਾ ਉਹ ਵੀ ਕਿਸਾਨ ਹੈ, ਜਿਹੜਾ ਟਰੈਕਟਰ ਲੈ ਕੇ ਕਿਸਾਨਾਂ ਦੇ ਮੋਰਚੇ 'ਚ ਗਿਆ ਉਹ ਵੀ ਕਿਸਾਨ ਦਾ ਪੁੱਤ ਸੀ, ਤੇ ਜਿਹੜਾ ਟਰੈਕਟਰ ਲੈ ਕੇ ਪਾਰਟੀ ਦੀਆਂ ਝੰਡੀਆਂ ਲਾ ਕੇ ਰੈਲੀਆਂ ਤੇ ਜਾ ਕੇ, ਅਕਾਲੀ ਦਲ ਜ਼ਿੰਦਾਬਾਦ, ਕਾਂਗਰਸ ਜ਼ਿੰਦਾਬਾਦ, ਜਿਹੜਾ ਰੈਲੀਆਂ ਤੇ ਜਾ ਕੇ ਸੁਖਬੀਰ ਬਾਦਲ ਜ਼ਿੰਦਾਬਾਦ, ਕੈਪਟਨ ਜ਼ਿੰਦਾਬਾਦ ਦੇ ਨਾਰੇ ਲਾ ਰਿਹਾ ਉਹ ਵੀ ਨੌਜਵਾਨ ਤੁਹਾਡਾ ਸੀ। ਮੈਂ ਗੁੱਸਾ ਨਾ ਕਰਿਓ ਪੰਜਾਬੀਓ, ਕਿਸਾਨ ਵੀਰੋ ਸੁਭਾਅ ਬਣ ਗਿਆ ਸਾਡਾ ਜੁੱਤੀਆਂ ਖਾਣ ਦਾ ਤੇ ਜੁੱਤੀ ਦੇ ਥੱਲੇ ਰਹਿਣ ਦਾ, ਇਹ ਸੁਭਾਅ ਲੱਗਦਾ ਨਹੀਂ ਮੈਨੂੰ ਹੁਣ ਜਾਵੇ। ਲੱਗਦਾ ਸੀ ਵੀ ਰੀਵੈਲਿਊਏਸ਼ਨ ਲੈ ਕੇ ਆਓਗੇ, ਇੱਕ ਬਦਲਾਵ ਲੈ ਕੇ ਆਓਗੇ, ਨੌਜਵਾਨ ਉੱਠੇ ਨੇ, ਪਰ ਕੱਲ੍ਹ ਵੀ ਰੈਲੀ, ਹਜ਼ਾਰਾਂ ਗੱਡੀਆਂ ਹਜ਼ਾਰਾਂ ਟਰੈਕਟਰ, ਕਾਂਗਰਸ ਦੀਆਂ ਹਜ਼ਾਰਾਂ ਗੱਡੀਆਂ ਹਜ਼ਾਰਾਂ ਟਰੈਕਟਰ ਫੂਕ ਫੂਕ ਕੇ ਉਹ ਨੌਜਵਾਨ ਕੀ ਦੱਸ ਰਹੇ ਨੇ, ਕੀ ਸੁਨੇਹਾ ਦੇ ਰਹੇ ਨੇ, ਅਕਾਲੀ ਦਲ ਜ਼ਿੰਦਾਬਾਦ, ਕਾਂਗਰਸ ਜ਼ਿੰਦਾਬਾਦ, ਸੁਖਬੀਰ ਬਾਦਲ ਜ਼ਿੰਦਾਬਾਦ। ਤੁਹਾਡੇ ਮੋਰਚਿਆਂ ਨੂੰ ਤਾਰੋ ਪੀੜ ਖਤਮ ਕਰਨਾ ਹੈ ਸਿਆਸੀ ਪਾਰਟੀਆਂ ਨੇ ਤੇ ਸਿਆਸੀ ਪਾਰਟੀਆਂ ਦੇ ਨਾਲ ਜੁੜ ਕੇ ਕਿਸਾਨਾਂ ਨੇ। ਕਿਹੜੀ ਪਾਰਟੀ ਹੈ ਜਿਹੜੀ ਹੁਣ ਤੱਕ ਕਿਸਾਨ ਯੂਨੀਅਨ ਵਾਲਿਆਂ ਕੋਲ ਜਾ ਕੇ ਬੈਠ ਕੇ ਉਹਨਾਂ ਦੇ ਦੁੱਖ ਵਿੱਚ ਰੋ ਕੇ ਆਈ ਹੋਵੇ? ਐਸਾ ਕਿਹੜਾ ਨੇਤਾ ਹੈ, ਕਿਹੜਾ ਲੀਡਰ ਹੈ ਜਿਹਨੇ ਆ ਕੇ ਤੁਹਾਡਾ ਦਰਦ ਸੁਣਿਆ ਹੋਵੇ, ਆਪਣੀ ਪਾਰਟੀ ਛੱਡ ਕੇ ਆਪਣਾ ਤੁਹਾਡੇ ਦਰਦ ਨੂੰ ਆਪਣਾ ਦਰਦ ਸਮਝ ਕੇ ਤੁਹਾਡੇ ਵਿੱਚ ਬੈਠਾ ਹੋਵੇ? ਨਹੀਂ। ਪਰ ਅੱਜ ਤੁਸੀਂ ਕਿਸਾਨਾਂ ਦਾ ਹੱਕ ਲੈਣ ਵਾਸਤੇ ਨਹੀਂ ਖੜੇ ਹੋਏ। ਮੈਨੂੰ ਕਨਫਰਮ ਹੈ ਗੱਲ ਵੀ ਕਿਸਾਨ ਆਪਣਾ ਹੱਕ ਲੈਣ ਨਹੀਂ, ਕਿਸਾਨ ਤਾਂ ਡਿੱਗੀਆਂ ਜਾਂਦੀਆਂ ਪਾਰਟੀਆਂ ਨੂੰ, ਰੁੜੀਆਂ ਜਾਂਦੀਆਂ ਪਾਰਟੀਆਂ ਨੂੰ ਸਟੈਂਡ ਕਰਨ ਵਾਸਤੇ ਅੱਜ ਮੋਰਚੇ ਲਾ ਰਹੇ ਨੇ, ਧਰਨੇ ਲਾ ਰਹੇ ਨੇ। ਕੁਝ ਨਹੀਂ ਜੀ ਹੋਣਾ, ਨਾ ਬਿੱਲ ਕੈਂਸਲ ਹੋਣਾ, ਨਾ ਕਾਨੂੰਨ ਕੈਂਸਲ ਹੋਣਾ, ਨਾ ਤੁਹਾਡੀ ਮੋਦੀ ਨੇ ਸੁਣੀ, ਇੱਦਾਂ ਹੀ ਜੁੱਤੀਆਂ ਪੈਂਦੀਆਂ ਰਹੀਆਂ ਨੇ, ਪੈਂਦੀਆਂ ਪਈਆਂ ਨੇ, ਪੈਂਦੀਆਂ ਰਹਿਣਗੀਆਂ, ਕਿਉਂਕਿ ਇਹ ਰਾਜਨੀਤਿਕ ਪਾਰਟੀ ਦੀਆਂ ਭੇਡਾਂ ਤੁਸੀਂ ਸਾਰੇ ਬਣ ਚੁੱਕੇ ਹੋ ਤੇ ਤੁਹਾਨੂੰ ਇਹਨਾਂ ਨੇ ਇੱਦਾਂ ਹੀ ਮੁੰਨਦੇ ਰਹਿਣਾ, ਤੁਹਾਡਾ ਇੱਦਾਂ ਇਹਨਾਂ ਨੇ ਮਾਰ ਮਾਰ ਕੇ ਤੁਹਾਡਾ ਮਾਸ ਇਹਨਾਂ ਨੇ ਵੇਚਦੇ ਰਹਿਣਾ, ਦਲਾਲੀ ਇਹਨਾਂ ਨੇ ਕਰਦੇ ਰਹਿਣਾ, ਤੇ ਤੁਸੀਂ ਜੁੱਤੀ ਚੱਟ ਬਣੇ ਰਹੋ। ਤੁਹਾਡੇ ਨੌਜਵਾਨਾਂ ਨੂੰ ਕੋਈ ਲੋੜ ਨਹੀਂ ਰਿਵੈਲਿਊਸ਼ਨ ਦੀ, ਤੁਹਾਨੂੰ ਕੋਈ ਲੋੜ ਨਹੀਂ ਜ਼ਮੀਨਾਂ ਜਾਇਦਾਦਾਂ ਦੀ, ਤੁਹਾਨੂੰ ਕੋਈ ਲੋੜ ਨਹੀਂ ਮੰਡੀਆਂ ਦੀ, ਤੁਹਾਨੂੰ ਕੋਈ ਲੋੜ ਨਹੀਂ ਫਸਲਾਂ ਸਾਂਭਣ ਦੀ। ਤੁਸੀਂ ਤਾਂ ਜਾ ਕੇ ਇਹ ਲੀਡਰਾਂ ਨਾਲ ਫੋਟੋ ਖਿਚਾ ਲਓ, ਤੁਸੀਂ ਜਾ ਕੇ ਲੀਡਰਾਂ ਦੀਆਂ ਜੁੱਤੀਆਂ ਚੱਟ ਲਓ, ਤੁਸੀਂ ਜਾ ਕੇ ਲੀਡਰਾਂ ਦੇ ਨਾਅਰੇ ਲਾ ਦਿਓ, ਅਤੇ ਤੁਹਾਡੀ ਜ਼ਿੰਦਾਬਾਦ ਤੁਹਾਡੀ ਬੱਲੇ ਬੱਲੇ ਤਾਂ ਹੀ ਹੋਣੀ ਆ। ਗੁੱਸਾ ਲੱਗੇ ਕਿਸਾਨਾਂ ਨੂੰ ਲੱਖ ਲੱਗੇ, ਪਰ ਨਹੀਂ, ਤੁਹਾਡਾ ਸੰਘਰਸ਼ ਫੇਲ ਹੈ, ਫੇਲ ਹੈ, ਫੇਲ ਹੈ।
ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ। ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ। ਜੇਕਰ ਇਸ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।